फिर यहाँ पर मैं हाफ स्टडी की थी 3 साल। ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਨੂੰ ਨਮਨ ਤੁੰਦ ਦਾ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਜੀ। ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਆਏ ਆ ਲਾਰਡ ਕ੍ਰਿਸ਼ਨਾ ਪੋਲੀਟੈਕਨੀਕਲ ਕਾਲਜ ਕਪੂਰਥਲਾ। ਇੱਥੋਂ ਦਾ ਤੁਹਾਨੂੰ ਸਾਰਾ ਵਿਊ ਦਿਖਾਵਾਂਗੇ ਲਾਰਡ ਕ੍ਰਿਸ਼ਨਾ ਦਾ। ਤੇ ਇੱਥੇ ਮੈਂ ਪੜ੍ਹਦਾ ਵੀ ਰਿਹਾ ਹਾਂ, ਮੈਂ ਆਪ ਸਟੱਡੀ ਕੀਤੀ ਹੈ 3 ਸਾਲ ਦੀ ਇਲੈਕਟ੍ਰੀਕਲ ਇੰਜੀਨੀਅਰਿੰਗ। ਤੇ ਬਹੁਤ ਹੀ ਵਧੀਆ ਕਾਲਜ ਜੀ, ਮਤਲਬ ਬਹੁਤ ਜ਼ਿਆਦਾ ਫਨ ਸ਼ਾਨੀ ਕਰਦੇ ਰਹੇ ਇੱਥੇ, ਸਟੱਡੀ ਵੀ ਕਰਦੇ ਰਹੇ ਹਾਂ, ਫਨ ਸ਼ਾਨੀ ਨਹੀਂ ਇਕੱਲਾ। ਤੇ ਬਹੁਤ ਜ਼ਿਆਦਾ ਇੰਜੋਇਮੈਂਟ ਕੀਤਾ ਇੱਥੇ 3 ਸਾਲ ਅਸੀਂ ਲਗਾਤਾਰ ਹੀ ਇਸ ਕਾਲਜ ਦੇ ਵਿੱਚ ਬਿਤਾਏ ਆ ਆਪਣੀ ਜ਼ਿੰਦਗੀ ਦੇ। ਅਤੇ ਬਸ ਇੰਨਾ ਕਿ ਫਿਊਚਰ 'ਚ ਥੋੜ੍ਹਾ ਸਾਈਡ ਗਲਤ ਚੁਣ ਲਈ ਜਾਂ ਕਿੱਦਾਂ, ਉਹਦਾ ਕਰਕੇ ਅਸੀਂ ਥੋੜ੍ਹਾ ਪਛੜ ਗਏ ਸੀ। ਬਾਕੀ ਕੋਈ ਨਹੀਂ, ਆਪਾਂ ਹੁਣ ਯੂਟਿਊਬ ਦੇ ਕਰੀਅਰ ਬਣਾਉਣ ਬਾਰੇ ਸੋਚਿਆ ਵਾ, ਤੁਹਾਡੇ ਸਪੋਰਟ ਦੇ ਨਾਲ ਸਾਰਾ ਕੁਝ ਹੋਊਗਾ। ਅਤੇ ਇਸੇ ਕਰਕੇ ਹੁਣ ਆਪਾਂ ਵਲੋਗ ਵਗੈਰਾ ਲਗਾਤਾਰ ਹੀ ਪਾਉਣੇ ਆ। ਅਤੇ ਤੁਸੀਂ ਵੀ ਸਪੋਰਟ ਕਰਿਆ ਕਰੋ ਭਰਾ ਨੂੰ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਅਤੇ ਆਪਣੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਘੰਟੀ ਵਾਲਾ ਬਟਨ ਦਬਾ ਕੇ ਆਲ 'ਤੇ ਕਲਿੱਕ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਦੀ ਅਪਡੇਟ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਅਤੇ ਤੁਸੀਂ ਹਰ ਵੀਡੀਓ ਨੂੰ ਸਾਡੀ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਦੇ ਸਕੋ। ਕਰਦੇ ਹਾਂ ਅੱਜ ਦਾ ਵਲੋਗ ਸ਼ੁਰੂ। ਹਾਂਜੀ ਦੋਸਤੋ, ਇਹ ਮੇਨ ਗੇਟ ਆ ਅਤੇ ਆਪਾਂ ਐਂਟਰ ਕਰਦੇ ਹਾਂ ਇੱਥੋਂ ਦੀ, ਅੰਦਰ ਜਾ ਕੇ ਵਿਖਾਉਂਦੇ ਸਾਰਾ ਵਿਊ। ਹਾਂਜੀ ਦੋਸਤੋ, ਆ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹ ਫਰੰਟ ਸਾਈਡ ਆ ਕਾਲਜ ਦੀ ਬਿਲਡਿੰਗ ਦੀ, ਅਤੇ ਬਹੁਤ ਹੀ ਸੋਹਣਾ ਕਾਲਜ ਬਣਿਆ ਹੋਇਆ ਵਾ, ਬਹੁਤ ਸੋਹਣਾ ਵਿਊ ਹੈ ਇੱਥੋਂ ਦਾ। ਹਾਂਜੀ ਦੋਸਤੋ, ਇਸ ਸਾਈਡ 'ਤੇ ਕੰਟੀਨ ਆ ਜਾਂਦੀ ਆ ਕਾਲਜ ਦੀ ਕੰਟੀਨ, ਅਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਸ਼ਹੀਦ ਊਧਮ ਸਿੰਘ ਕਾਲਜ। ਹਾਂਜੀ ਦੋਸਤੋ, ਆ ਸਾਹਮਣੇ ਪ੍ਰਿੰਸੀਪਲ ਦਾ ਆਫਿਸ ਆ, ਆ ਮੇਨ ਐਂਟਰੈਂਸ ਆ ਬਿਲਡਿੰਗ ਨੂੰ, ਬਹੁਤ ਹੀ ਸੋਹਣਾ ਡਿਜ਼ਾਇਨ ਕੀਤਾ ਹੋਇਆ ਵਾ ਇਸ ਬਿਲਡਿੰਗ ਨੂੰ, ਅਤੇ ਬਹੁਤ ਹੀ ਸੋਹਣੇ ਲੈਕਚਰ ਹਾਲ ਵਗੈਰਾ ਵਾ, ਬਹੁਤ ਹੀ ਜ਼ਿਆਦਾ ਵਧੀਆ ਹਵਾਦਾਰ ਖੁੱਲ੍ਹੇ ਲੈਕਚਰ ਹਾਲ ਆ, ਬਹੁਤ ਹੀ ਸੋਹਣਾ ਡਿਜ਼ਾਇਨ ਕੀਤਾ ਗਿਆ ਇਸ ਬਿਲਡਿੰਗ ਨੂੰ। ਹਾਂਜੀ ਦੋਸਤੋ, ਆਪਾਂ ਕਰਦੇ ਹਾਂ ਇਹਦੇ ਵਲੋਗ ਦਾ ਐਂਡ, ਅਤੇ ਲਾਈਕ ਅਤੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਨੂੰ ਵਲੋਗ ਕਿੱਦਾਂ ਦਾ ਲੱਗਿਆ, ਅਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤਾਂ ਕਿ ਅਸੀਂ ਹੋਰ ਵੀ ਵਧੀਆ ਵਧੀਆ ਵੀਡੀਓਜ਼ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹੀਏ। ਅਤੇ ਕਰਦੇ ਹਾਂ ਵਲੋਗ ਦਾ ਐਂਡ, ਰੱਬ ਰਾਖਾ।